ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦੀ ਸਮੂਹ ਟੀਮ ਦੇ ਵੱਲੋਂ ਕਿਸਾਨਾਂ ਨੂੰ ਮੋਬਾਈਲ ਕਹਿਣ ਵਾਲੀ ਭਾਜਪਾ ਦੀ ਮੰਤਰੀ ਮੀਨਾਕਸ਼ੀ ਲੇਖੀ ਦਾ ਜ਼ੋਰਦਾਰ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਜਪਾ ਮੰਤਰੀ ਮੀਨਾਕਸ਼ੀ ਲੇਖੀ ਦੇ ਅਸਤੀਫੇ ਦੀ ਮੰਗ ਕੀਤੀ ਗਈ। ਇਸ ਮੌਕੇ ਪੰਜਾਬ ਜੁਆਇੰਟ ਸਕੱਤਰ ਅਸ਼ੋਕ ਤਲਵਾਰ ਅਤੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਸੁਖਬੀਰ ਕੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਮੰਦੀ ਸ਼ਬਦਾਵਲੀ ਬੋਲਣ ਵਾਲੀ ਭਾਜਪਾ ਦੀ ਮੰਤਰੀ ਮੀਨਾਕਸ਼ੀ ਲੇਖੀ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀ 70% ਆਬਾਦੀ ਕਿਸਾਨਾਂ ਦੇ ਸਿਰ ਤੇ ਹੈ ਅਤੇ ਉਹ ਦੇਸ਼ ਦੇ ਅੰਨਦਾਤਾ ਅਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਦੇਸ਼ ਦੀ ਮੰਤਰੀ ਹੋਣ ਦੇ ਬਾਵਜੂਦ ਅਤੇ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ। ਦੇਸ਼ ਭਰ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੋਈ ਵੀ ਹਿੰਦੁਸਤਾਨੀ ਇਸ ਗੱਲ ਦਾ ਅਪਮਾਨ ਸਹਿਣ ਨਹੀਂ ਕਰ ਸਕਦਾ। ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਦੇ ਨਾਲ ਲੜਦੀ ਆਈ ਹੈ ਅਤੇ ਲੜਦੀ ਰਹੇਗੀ। ਜ਼ਿਲ੍ਹਾ ਪ੍ਰਧਾਨ ਵੂਮਨ ਵਿੰਗ ਅੰਮ੍ਰਿਤਸਰ ਤੋਂ ਆ ਵੇ ਅਤੇ ਅੱਜ ਅਸੀਂ ਇੱਥੇ ਪ੍ਰੋਟੈਸਟ ਕੀਤਾ ਵਾ ਮੀਨਾਕਸ਼ੀ ਦੇ ਖਿਲਾਫ ਜਿਹੜੀ ਕਹਿੰਦੀ ਹੈ ਜਿਹਨੇ ਸਾਡੇ ਕਿਸਾਨ ਭਰਾਵਾਂ 'ਤੇ ਮਾੜੀ ਸ਼ਬਦਾਵਲੀ ਵਰਤੀ ਕਿ ਇਹ ਮਵਾਲੀ ਆ। ਇਹ ਕਹਿਣ ਦੀ ਇਹਨਾਂ ਦੀ ਹਿੰਮਤ ਕਿੱਦਾਂ ਹੋਈ? ਮੈਂ ਤਾਂ ਇਹੀ ਆਪਣੇ ਮੀਡੀਆ ਦੇ ਰਾਹੀਂ ਆਪਣੇ ਭੈਣ ਭਰਾਵਾਂ ਨੂੰ ਇਹੀ ਦੱਸਣਾ ਚਾਹਾਂਗੀ ਕਿ ਜਿਹੜੇ ਦਿਨ ਰਾਤ ਉੱਥੇ ਆਪਣੇ ਹੱਕਾਂ ਲਈ ਖੜ੍ਹੇ ਆ ਅਤੇ ਇਹਨਾਂ ਨੂੰ ਉਹ ਮਵਾਲੀ ਲੱਗਣ ਡੇ ਆ। ਅਸੀਂ ਆਪਣੇ ਘਰ ਵਿੱਚ ਜਦੋਂ ਲਾਈਟ ਚਲੀ ਜਾਂਦੀ ਆ, ਬਿਜਲੀ ਦਾ ਕਹਿਰ, ਗਰਮੀ ਦਾ ਕਹਿਰ ਵੇਖੋ ਕਿੰਨਾ, ਗਰਮੀ ਸਰਦੀ 'ਚੋਂ ਡਟੇ ਰਹੇ ਆ ਆਪਣੇ ਹੱਕ ਲੈਣ ਲਈ। ਸਾਨੂੰ ਹਮੇਸ਼ਾ ਆਪਣੇ ਹੱਕ ਲੈਣ ਲਈ ਧਰਨੇ ਲਾਉਣੇ ਪੈਂਦੇ ਆ। ਇਹ ਸਰਕਾਰਾਂ ਬੈਠੀਆਂ ਬਿਠਾਈਆਂ ਇਹ ਨਾ ਬੁਖਲਾ ਗਈਆਂ ਵਾ। ਇਹਨਾਂ ਨੂੰ ਇਹ ਆ ਕਿ ਇਹ ਕਿੱਦਾਂ ਸਰਕਾਰ ਆਮ ਆਦਮੀ ਪਾਰਟੀ ਦੀ, ਜਦੋਂ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਧਰਨੇ ਲਾਉਣ ਬਹਿ ਜਾਂਦੀ ਆ, ਅਤੇ ਇਹਨਾਂ ਨੂੰ ਪਤਾ ਕਿ ਸਾਡੀ ਆਮ ਆਦਮੀ ਪਾਰਟੀ ਕੇਜਰੀਵਾਲ ਜੀ ਦੀ ਟੀਮ ਆਪਣੇ ਹੱਕਾਂ ਨੂੰ ਲੈਣਾ ਪੂਰਾ ਪੂਰੀ ਤਰ੍ਹਾਂ ਜਾਣਦੀ ਹੈ। ਕਾਰਨ ਕੀ ਆ ਪ੍ਰੋਟੈਸਟ ਕੀਤਾ? ਕਾਰਨ ਤਾਂ ਇਹੋ ਹੀ ਹੈ ਜੀ, ਦੇਖੋ ਜੇ ਸਾਡੇ ਕਿਸਾਨ ਭਰਾਵਾਂ ਲਈ ਮਾੜਾ ਬੋਲਣਗੇ ਤਾਂ ਆਮ ਆਦਮੀ ਪਾਰਟੀ ਚੁੱਪ ਤਾਂ ਰਹਿਣ ਨਹੀਂ ਵਾਲੀ। ਅਤੇ ਫਿਰ ਸ਼ਬਦਾਵਲੀ ਵਰਤੀ ਕਿੰਨੀ ਆ ਮੀਨਾਕਸ਼ੀ ਨੇ, ਬੀਜੇਪੀ ਦੇ ਲੀਡਰ ਨੇ, ਅਤੇ ਇੱਧਰੋਂ ਆਮ ਆਦਮੀ ਪਾਰਟੀ ਦੀਆਂ ਮਹਿਲਾਵਾਂ ਵੀ ਕੋਈ ਘੱਟ ਨਹੀਂ ਆ ਕਿ ਸਾਡੇ ਤੁਸੀਂ ਲੀਡਰਾਂ 'ਤੇ ਜਾਂ ਸਾਡੇ ਕਿਸਾਨ ਭਰਾਵਾਂ 'ਤੇ ਤੁਸੀਂ ਉਂਗਲ ਚੁੱਕੋਗੇ ਤਾਂ ਅਸੀਂ ਚੁੱਪ ਰਹਾਂਗੇ? ਅਸੀਂ ਦਿਨ ਰਾਤ ਇਹਨਾਂ ਦੀਆਂ ਲੀਡਰਾਂ ਲੈਂਦੀਆਂ ਹੋਣਗੀਆਂ ਪੈਸੇ ਜਾਂ ਕੁਛ ਹੋਰ, ਅਸੀਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਆਪਣੇ ਬਲਬੂਤੇ 'ਤੇ ਨਿਕਲੇ ਹਾਂ ਘਰੋਂ ਕਿ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ 2022 'ਚ ਬਣਾਉਣੀ, ਕਿਉਂਕਿ ਇੱਕ ਇਮਾਨਦਾਰ ਸਰਕਾਰ ਆ। ਇਹਨਾਂ ਨੇ ਕੀ ਸਵਾਰ ਲਿਆ? ਹਾਂਜੀ, ਮੰਗ ਅਸੀਂ ਇਹੀ ਕਰਦੇ ਹਾਂ ਕਿ ਮੀਨਾਕਸ਼ੀ ਅਸਤੀਫਾ ਦੇਵੇ ਆਪਣੇ ਅਹੁਦੇ ਤੋਂ, ਅਤੇ ਸਾਡੇ ਕਿਸਾਨ ਭਰਾਵਾਂ ਕੋਲੋਂ ਮਾਫ਼ੀ ਮੰਗੇ ਇਹ ਕਿ ਜਿੰਨੇ ਉਹਨਾਂ ਬਾਰੇ ਇੰਨਾ ਮਾੜਾ ਸ਼ਬਦ ਵਰਤਿਆ। ਨਹੀਂ ਮੰਗਦੀ ਤਾਂ ਫਿਰ ਅਗਲੀ ਗੱਲ ਨਹੀਂ ਮੰਗਦੀ ਤਾਂ ਰੋਟੀ ਖਾਣਾ ਬੰਦ ਕਰ ਦੇ। ਅਸੀਂ ਹਾਂ ਬਿਲਕੁਲ, ਜੇ ਮਾਫ਼ੀ ਨਹੀਂ, ਜੇ ਮਾਫ਼ੀ ਨਹੀਂ ਮੰਗਦੇ ਤਾਂ ਕਿਸਾਨ ਭਰਾ ਜਿਹੜੇ ਆ ਅੰਨ ਪੈਦਾ ਕਰਦੇ ਪਏ ਆ, ਅਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਣ ਦਿਆ ਕਿ ਜੇ ਕਿਸਾਨ ਭਰਾ ਬਹਿ ਗਏ ਨਾ ਤਾਂ ਇਹਨਾਂ ਨੂੰ ਅੰਨ ਕਿੱਦੋਂ ਮਿਲਣਾ ਵਾ। ਇਹ ਇਹੀ ਸੋਚਦੇ ਆ, ਇਹ ਹਰ ਵਕਤ ਇਹਨਾਂ ਨੂੰ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੱਗੇ ਵੀ ਜਿੱਦਾਂ ਤੁਸੀਂ ਦੇਖੋ ਸਾਰਾ ਕਬਜ਼ਾ ਪ੍ਰਾਈਵੇਟ ਕੰਪਨੀਆਂ ਨੇ ਕਰ ਲਿਆ, ਅਤੇ ਇਹ ਚਾਹੁੰਦੀ ਹੈ ਕਿ ਵਿਦੇਸ਼ੀ ਆ ਕੇ ਇੱਥੇ ਬਹਿ ਜਾਣ ਸਾਡੀਆਂ ਪ੍ਰੋਪਰਟੀਆਂ 'ਤੇ, ਸਾਡੇ ਹਰ ਕੰਮ ਕਾਰ 'ਤੇ ਕਬਜ਼ਾ ਕਰ ਲੈਣ, ਅਤੇ ਅਸੀਂ ਸਾਡੇ ਕਿਸਾਨ ਭਰਾ ਨਹੀਂ ਚਾਹੁੰਦੇ। ਉਹ ਸਾਡੇ ਬਾਰੇ ਸੋਚਦੇ ਆ ਕਿ ਮੇਰੇ ਜਿਹੜੇ ਵੀਰ ਮੇਰੀਆਂ ਭੈਣਾਂ ਉਹ ਸਾਡੇ ਹੀ ਅੰਨ ਖਾਣ, ਵਿਦੇਸ਼ੀ ਇੱਥੇ ਕਬਜ਼ਾ ਨਾ ਕਰ ਸਕਣ। ਅੱਜ ਇੱਥੇ ਮੀਨਾਕਸ਼ੀ ਦਾ ਅਸੀਂ ਪੁਤਲਾ ਫੂਕਿਆ ਵਾ, ਉਹਨਾਂ ਨੂੰ ਪਤਾ ਲੱਗ ਜੇ ਸਾਡੀ ਗੂੰਜ ਉੱਥੋਂ ਤੱਕ ਬੈਠੇ ਉਹਨਾਂ ਦੇ ਪਹੁੰਚ ਦੇ ਗੂੰਜ ਕਿ ਆਮ ਆਦਮੀ ਪਾਰਟੀ ਦੀਆਂ ਲੇਡੀਜ਼ ਵੀ ਘੱਟ ਨਹੀਂ ਹੈ, ਜੇ ਤੁਸੀਂ ਇੱਕ ਬੋਲੋਗੇ ਤਾਂ ਅੱਗੋਂ ਸੋ ਸੁਣੋਗੇ। ਅੱਜ ਤੇ ਹੱਦ ਕਰ ਦਿੱਤੀ ਹੈ ਬੀਜੇਪੀ ਨੇ, ਉਹ ਕਿਸਾਨ ਜਿਨ੍ਹਾਂ ਦੇ ਉੱਤੇ ਹਿੰਦੁਸਤਾਨ 80% ਆਬਾਦੀ ਨਿਰਭਰ ਹੈ, ਹੁਣ ਉਹਨੂੰ ਕੀ ਕਹਿਤਾ ਜਾਂਦਾ? ਆਹ ਮੋਹਾਲੀ ਹੈ ਕਿਹਦੇ ਦੁਆਰਾ? ਮੀਨਾਕਸ਼ੀ ਲੇਖੀ ਦੇ ਦੁਆਰਾ। ਉਹ ਮੰਤਰੀ ਨੇ ਸੈਂਟਰ ਦੇ ਵਿੱਚ ਕਿੱਦਾਂ, ਮੋਹਾਲੀ ਦਾ ਮਤਲਬ ਹੁੰਦਾ ਗੁੰਡੇ, ਬਦਮਾਸ਼, ਖੋ ਮਾਰ ਕਰਨ ਵਾਲੇ, ਇੰਨਾ ਅਪਮਾਨ ਸਰ, ਆਹ ਅਪਮਾਨ ਜਿਹੜਾ ਕਿਸਾਨਾਂ ਦਾ ਹਿੰਦੁਸਤਾਨ ਬਰਦਾਸ਼ਤ ਨਹੀਂ ਕਰੇਗਾ, ਆਮ ਆਦਮੀ ਪਾਰਟੀ ਤਾਂ ਕਦੇ ਹੀ ਬਰਦਾਸ਼ਤ ਨਹੀਂ ਕਰੇਗੀ। ਲੇਕਿਨ ਮੀਨਾਕਸ਼ੀ ਹੋਣਾ ਵੱਲੋਂ ਮਾਫ਼ੀ ਮੰਗ ਲਿੱਤੀ ਗਈ ਆ ਸਾਰਜਨਿਕ ਤੌਰ 'ਤੇ, ਉਹ ਕਹਿੰਦੇ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਕੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ? ਕੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ? ਕਿਆ ਉਹਨਾਂ ਨੇ ਮੋਹਾਲੀ ਨਹੀਂ ਕਿਹਾ? ਜਾਂ ਕਹਿੰਦੇ ਮੋਹਾਲੀ ਨਹੀਂ ਕਿਹਾ? ਉਹਨਾਂ ਨੇ ਮੋਹਾਲੀ ਕਿਹਾ ਸਰ, ਐਸੇ ਮੰਤਰੀ ਨੂੰ ਮੋਦੀ ਕੈਬਨਿਟ ਦੇ ਵਿੱਚੋਂ, ਮੋਦੀ ਸਾਹਿਬ ਨੂੰ ਫੌਰਨ ਸਾਡੀ ਡਿਮਾਂਡ ਹੈ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ। ਲਗਾਤਾਰ ਹੀ ਪਹਿਲਾਂ ਵੀ ਵੱਖਵਾਦੀ, ਅੱਤਵਾਦੀ, ਪਤਾ ਨਹੀਂ ਕੀ ਕੁਛ ਕਿਹਾ ਗਿਆ, ਹੁਣ ਮੋਹਾਲੀ ਦਾ ਖਿਤਾਬ ਦੇ ਦਿੱਤਾ ਗਿਆ, ਕੀ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ 'ਚ ਵੀ ਵਿਰੋਧ ਕਰਨਾ ਚਾਹੀਦਾ? ਸਰ ਅਸੀਂ ਇੱਥੇ ਨਹੀਂ,
दिल्ली भी विरोध कर रहे हैं, हर जगह विरोध कर रहे हैं। मैं पहला कहता किसान का अपमान नहीं सहेगा हिंदुस्तान। आम आदमी पार्टी का पेशा नहीं है, कोई भी हिंदुस्तानी जिदे ते जमीर रहेगी जिंदा है ਜਿਹੜੇ ਉਹ ਕਦੀ ਵੀ ਇਸ ਅਪਮਾਨ ਨੂੰ ਸਹਿਣ ਨਹੀਂ ਕਰ ਸਕਦਾ। ਆਵਾਜ਼ ਕੌਮ ਟੀਵੀ ਦੀ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।